आज गुरुदेव का बर्थडे है, तो मैं ब्लड देके गुरुदेव को गिफ्ट देना चाहती हूँ और दिल से बहुत खुशी हो रही है कि हम गुरुदेव का बर्थडे सेलिब्रेट कर रहे हैं और हमें बहुत सारी ब्लेसिंग्स मिलने वाली हैं आज। सर तीन उन्होंने फंडामेंटल रूल थे गुरु जी के, साधना सेवा सत्संग। साधना सर होगी, सेवा चल रही है, सत्संग शामिल ही है। क्योंकि अजकल किन्नी डेथ देखते हैं ड्यू टू ब्लड करके, मतलब बच्चा बचता नहीं है, किसी को नेगेटिव पॉजिटिव नहीं मिलता, तो यह कि उस पॉइंट ऑफ व्यू नाल सेफ्टी पॉइंट ऑफ व्यू नाल अच्छी चीज़ है। ਸਾਨੂੰ ਬਹੁਤ ਖੁਸ਼ੀ ਹੈ, ਅਸੀਂ ਹਰ ਬੰਦਾ ਵੱਧ ਚੜ੍ਹ ਕੇ ਇੱਥੇ ਆ ਕੇ ਬਲੱਡ ਦੇ ਰਿਹਾ ਔਰ ਸਾਡੇ ਗੁਰੂ ਜੀ ਦਾ ਇੱਕੋ ਹੀ ਮਹੱਤਵ ਹੈ, ਤਿੰਨ ਚੀਜ਼ਾਂ, ਸਾਧਨਾ ਸੇਵਾ ਸਤਸੰਗ। ਸਟਾਰਟਿੰਗ ਪਹਿਲਾਂ ਮੈਡੀਟੇਸ਼ਨ ਨਾਲ ਕਰਦੇ ਹਾਂ ਅਸੀਂ, ਅਤੇ ਆਫਟਰ ਮੈਡੀਟੇਸ਼ਨ ਸਾਡਾ ਬਲੱਡ ਡੋਨੇਸ਼ਨ ਕੈਂਪ ਰਹਿੰਦਾ, ਅਤੇ ਇਸ ਤੋਂ ਬਾਅਦ ਸਾਡਾ ਈਵਨਿੰਗ ਦਾ ਜੋ ਮੇਨ ਫੰਕਸ਼ਨ ਹੈਗਾ ਉਹ ਬੇਸਿਕਲੀ ਸਤਸੰਗ ਹੈ 7 to 9, ਅਤੇ ਫਿਰ ਉਹਦੇ 'ਤੇ ਇੰਜੋਏ ਕਰਨਾ ਆਪਾਂ। 17 ਸਾਲ ਤੋਂ ਬਾਅਦ ਹਰ ਯੂਥ ਨੂੰ ਸਾਥ 2 ਵਾਰੀ ਜ਼ਰੂਰ ਦੇਣਾ ਚਾਹੀਦਾ। ਇਸ 'ਚ ਕੋਈ ਆਪਾਂ ਉਹ ਨਹੀਂ ਕਿ ਕਹਿੰਦੇ ਕਮਜ਼ੋਰੀ ਆਜੂਗੀ ਜਾਂ ਉਹ ਆਜੂਗੀ, ਕੁਛ ਨਹੀਂ ਆਉਂਦਾ। 18 ਸਾਲ ਤੋਂ ਬਾਅਦ ਹਰ ਯੂਥ ਦਾ ਫਰਜ਼ ਬਣਦਾ ਹੈ ਕਿ ਸਾਲ 'ਚ 2 ਵਾਰੀ ਜਿੱਥੇ ਵੀ ਕੈਂਪ ਲੱਗੇ ਜ਼ਰੂਰ ਦੇਣਾ ਚਾਹੀਦਾ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਪ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅਗਰ ਗੱਲ ਕਰੀਏ ਪੂਜੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ 'ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ, ਅਤੇ ਜਿਨ੍ਹਾਂ ਨੇ ਆਪਣਾ ਬਲੱਡ ਡੋਨੇਟ ਕੀਤਾ ਅਤੇ ਉਹ ਫਿਰ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਨਮਸਕਾਰ। ਹਾਂਜੀ ਨਮਸਕਾਰ, ਮੇਰਾ ਨਾਮ ਰੀਟਾ ਚਾਵਲਾ ਹੈ। ਮੇਰੇ ਕੋ ਬਹੁਤ ਖੁਸ਼ੀ ਹੋ ਰਹੀ ਹੈ ਬਲੱਡ ਦੇ ਕੇ, ਅੱਜ ਐਸੇ ਲੱਗ ਰਿਹਾ ਕਿ ਹਮ ਗੁਰੂ ਜੀ ਨੇ ਪੂਰੀ ਤਰ੍ਹਾਂ ਸੇ ਬਲੈਸਡ ਕਰ ਦਿਆ ਹਮੇ, ਤੋ ਬਹੁਤ ਅੱਛਾ ਲੱਗ ਰਿਹਾ। ਅੱਛਾ, ਬਹੁਤ ਜ਼ਰੂਰੀ ਹੈ ਬਲੱਡ ਦੇਣਾ, ਕਿਸੀ ਕੇ ਵੀ ਕਾਮ ਆ ਸਕਤਾ ਹੈ, ਅੱਜ ਕੱਲ੍ਹ ਕਾ ਟਾਈਮ ਐਸਾ ਚੱਲ ਰਿਹਾ ਹੈ, ਤੋ ਜ਼ਰੂਰੀ ਤੋ ਹੈ ਹੀ ਹੈ ਦੇਣਾ। ਗੁਰਦੇਵ ਦਾ ਬਰਥਡੇ ਕਿੱਦਾਂ ਸੈਲੀਬ੍ਰੇਟ ਕਰ ਰਹੇ? ਹਮ ਆਪਣਾ ਗੁਰੂਦੇਵ ਕੋ ਗਿਫਟ ਦੇ ਕੇ ਕਰ ਰਹੇ ਹਾਂ, ਆਪਣਾ ਬਲੱਡ ਗਿਫਟ ਕਰ ਰਹੇ ਹਾਂ, ਮਤਲਬ ਕਿਸੀ ਕੇ ਕਾਮ ਆ ਸਕੇ, ਔਰ ਇਸ ਅੱਛਾ ਕਿਆ ਹੋ ਸਕਤਾ ਹੈ, ਕਿਸੀ ਕੇ ਕਾਮ ਆ ਸਕੇ। ਮੇਰਾ ਨਾਮ ਸ਼ਰਮਿਸ਼ਟਾ ਹੈ, ਅੱਜ ਗੁਰੂਦੇਵ ਕਾ ਬਰਥਡੇ ਹੈ, ਤੋ ਮੈਂ ਬਲੱਡ ਦੇ ਕੇ ਗੁਰੂਦੇਵ ਕੋ ਗਿਫਟ ਦੇਣਾ ਚਾਹਤੀ ਹੂੰ ਔਰ ਦਿਲ ਸੇ ਬਹੁਤ ਖੁਸ਼ੀ ਹੋ ਰਹੀ ਕਿ ਹਮ ਗੁਰੂਦੇਵ ਕਾ ਬਰਥਡੇ ਸੈਲੀਬ੍ਰੇਟ ਕਰ ਰਹੇ ਹੈ ਔਰ ਹਮੇ ਬਹੁਤ ਸਾਰੀ ਬਲੈਸਿੰਗਸ ਮਿਲਨੇ ਵਾਲੀ ਹੈ ਅੱਜ, ਤੋ ਜੈ ਗੁਰੂਦੇਵ। ਨਮਸਕਾਰ, ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂਦੇਵ ਦੇ ਬਰਥਡੇ ਦੀਆਂ, ਅਤੇ ਸਾਨੂੰ ਬਹੁਤ ਖੁਸ਼ੀ ਹੈ, ਅਸੀਂ ਹਰ ਬੰਦਾ ਵੱਧ ਚੜ੍ਹ ਕੇ ਇੱਥੇ ਆ ਕੇ ਬਲੱਡ ਦੇ ਰਿਹਾ ਔਰ ਸਾਡੇ ਗੁਰੂ ਜੀ ਦਾ ਇੱਕੋ ਹੀ ਮਹੱਤਵ ਹੈ, ਤਿੰਨ ਚੀਜ਼ਾਂ, ਸਾਧਨਾ ਸੇਵਾ ਸਤਸੰਗ। ਅਤੇ ਸਾਧਨਾ ਸੇਵਾ ਅਤੇ ਸਤਸੰਗ ਤਿੰਨੋਂ ਚੀਜ਼ਾਂ ਅਸੀਂ ਵੱਧ ਚੜ੍ਹ ਕੇ ਸਭ ਨੇ ਆ ਕੇ ਕਰਨੀਆਂ। ਜੈ ਗੁਰੂਦੇਵ। ਕਿੰਨਾ ਉਤਸ਼ਾਹ ਦੇਖਿਆ ਜਾ ਰਿਹਾ ਸਾਰੇ? ਬਹੁਤ ਵਧੀਆ ਜੀ, ਮਤਲਬ ਇੱਕ ਸਭ ਆ ਰਿਹਾ, ਸਭ ਨੇ ਸਭ ਘੱਟੋ ਘੱਟ ਨਹੀਂ ਤਾਂ ਇਸ ਟਾਈਮ 100 ਬੰਦਾ ਹੋ ਕੇ ਆ ਚੁੱਕਾ ਹੈ, ਅਤੇ ਹੋਰ ਉਮੀਦ ਪੂਰੀ ਹੈਗੀ ਹੈ ਕਿ ਸਭ ਬੰਦੇ ਹੋਰ ਬੰਦੇ ਵੀ ਆਉਣਗੇ ਇੱਥੇ। ਚਾਹੋਗੇ ਸਭ ਨੂੰ ਇਹੀ ਦਾਂਗੇ ਜੀ, ਜਿੰਨਾ ਤੋਂ ਜਿੰਨਾ ਹੋ ਸਕਦਾ ਲੋਕਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਲੋਕਾਂ ਨੂੰ, ਅਤੇ ਜ਼ਰੂਰ ਆਉਣਾ ਚਾਹੀਦਾ ਇੱਥੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ। ਅਤੇ ਮੈਂ ਕਿੰਨੇ ਸਾਲ ਹੀ ਹੋ ਗਏ ਮੈਨੂੰ ਗੁਰੂ ਜੀ ਦੇ ਬਰਥਡੇ 'ਤੇ ਖੂਨ ਦਿੰਦੇ ਨੂੰ, ਮੈਂ ਕਹਿੰਦਾ ਜਿੰਨੇ ਸਾਲ ਗੁਰੂ ਜੀ ਹੋਰ ਜੀਣ ਤਾਂ ਮੈਂ ਹੋਰ ਦਿੰਦਾ ਹੀ ਰਹਾਂ, ਜਦ ਤੱਕ ਗੁਰੂ ਜੀ ਦਾ ਬਰਥਡੇ ਆਪਾਂ ਮਨਾਉਂਦੇ ਰਹੀਏ। ਇਸੇ ਸਾਲ ਮਤਲਬ ਉਪਲਕਸ਼ 'ਤੇ ਬਹੁਤ ਅੱਛਾ ਕੰਮ ਕਰ ਲੈਂਦਾ ਕਿ ਖੂਨਦਾਨ ਮਹਾਦਾਨ ਹੈ। ਥੈਂਕ ਯੂ। ਯੂਥ ਨੂੰ ਮੈਂ ਇਹੀ ਕਹਿਣਾ ਚਾਹੂੰਗਾ, ਭਾਅ ਜੀ ਤੁਸੀਂ ਆਪਣਾ ਡਰ ਕੱਢੋ, ਡਰ ਕੇ ਆ ਕੇ ਜੀਤ ਹੈ, ਅਤੇ ਤੁਸੀਂ ਹੌਸਲੇ ਬੁਲੰਦ ਕਰਕੇ ਵੱਧ ਚੜ੍ਹ ਕੇ ਇੱਥੇ ਹਿੱਸਾ ਬਣੋ ਸਾਡੇ ਨਾਲ। ਕਾਫੀ ਮੋਰਨਿੰਗ ਦੇ ਅਸੀਂ 9 ਵਜੇ ਦੇ ਆਏ ਹਾਂ, ਕਾਫੀ ਜਣੇ ਹੋ ਚੁੱਕੇ ਹੁਣ ਤੱਕ, 28-29 ਜਣੇ ਹੋ ਚੁੱਕੇ ਨੇ। ਅਸੀਂ ਤਾਂ ਚਾਹੁੰਦੇ ਹਾਂ ਕਿ ਹੋਰ ਵੱਧ ਚੜ੍ਹ ਕੇ ਆਉਣ ਸਾਡੇ ਕੋਲ, ਬਹੁਤ ਵਧੀਆ ਲੱਗਦਾ ਕੈਂਪ, ਅਸੀਂ ਤਾਂ ਲਗਾਤਾਰ ਲਗਾਉਂਦੇ ਰਹੀਦਾ ਹੈ ਇੱਥੇ। ਸਾਨੂੰ ਬੈਨੀਫਿਟ ਇਹ ਹੁੰਦੇ ਕਿ ਜਿਹਨਾਂ ਦਾ ਬਹੁਤ ਜ਼ਿਆਦਾ 12 ਤੋਂ ਉੱਪਰ ਹੋਵੇ ਬਲੱਡ, ਉਹਨਾਂ ਨੂੰ ਡੋਨੇਟ ਕਰਨਾ ਚਾਹੀਦਾ, ਉਹ ਨਾਲ ਦੀ ਨਾਲ ਬਣਦਾ ਰਹਿੰਦਾ ਅਤੇ ਨਾਲ ਦੀ ਨਾਲ ਹੀ ਡੋਨੇਟ ਨਾਲੇ ਕਿਸੇ ਗਰੀਬ ਦੇ ਕੰਮ ਆ ਜਾਂਦਾ।
ਕਿੰਨਾ ਦਾ ਬਲੱਡ ਤੁਸੀਂ ਨਹੀਂ ਲੈਂਦੇ ਹੈਗੇ, ਕਿਹੜੀ ਪ੍ਰੋਬਲਮਸ ਹੁੰਦੀਆਂ ਤੁਸੀਂ ਬਲੱਡ ਨਹੀਂ ਲੈਂਦੇ ਕਿ ਨਹੀਂ ਇਹਨਾਂ ਦਾ ਨਹੀਂ ਰਹਿ ਸਕਦਾ? ਜਿਹਨਾਂ ਦਾ ਬੀ ਪੀ ਹਾਈ ਹੋਵੇ ਜਾਂ ਬਲੱਡ ਸ਼ੂਗਰ ਹੋਵੇ, ਜਿਹਨਾਂ ਦੀ ਲੌਂਗ ਟਾਈਮ ਤੋਂ ਕੋਈ ਟ੍ਰੀਟਮੈਂਟ ਚੱਲ ਰਹੀ, ਮੈਡੀਸਿਨ ਖਾ ਰਹੇ ਨੇ, ਉਹਨਾਂ ਦਾ ਨਹੀਂ ਲੈਂਦੇ। ਇੱਕ 65 ਤੋਂ ਉੱਪਰ ਵਾਲਿਆਂ ਦਾ ਅਸੀਂ ਬਲੱਡ ਨਹੀਂ ਲੈਂਦੇ। ਮੈਡੀਸਿਨ ਮੈਡੀਕਲ ਬੀ ਪੀ ਦੀ ਕੰਟੀਨਿਊ ਚੱਲ ਰਹੀ ਹੈ, ਉਹਨਾਂ ਦਾ ਤੁਸੀਂ ਨਹੀਂ? ਉਹਨਾਂ ਦਾ ਨਹੀਂ ਲੈਂਦੇ। ਵੈਸੇ ਵੀ ਹੁਣ ਅਸੀਂ ਦੇਖ ਕੇ, ਜੇ ਤਾਂ ਉਹਨਾਂ ਦੀ ਮੈਡੀਸਿਨ ਕਾਫੀ ਦੇਰ ਦੀ ਚੱਲਦੀ, ਇਫੈਕਟਿਵ ਆ, ਹੁਣ ਉਹਨਾਂ ਦਾ ਬੀ ਪੀ ਠੀਕ ਹੋ ਰਿਹਾ, ਤਾਂ ਫਿਰ ਤਾਂ ਅਸੀਂ ਲੈ ਲੈਂਦੇ ਹਾਂ। ਅਦਰਵਾਈਜ਼ ਚੈੱਕ ਕਰਕੇ ਹੀ ਅਸੀਂ ਬੀ ਪੀ ਬਲੱਡ ਪ੍ਰੈਸ਼ਰ। ਅਗਰ ਆਪਣਾ ਬਲੱਡ ਦੇ ਦਿੰਦੇ ਤਾਂ ਉਹਨਾਂ ਨੂੰ ਕੀ ਪ੍ਰੋਬਲਮ ਆ ਸਕਦੀ? ਕਿਸ ਤਰ੍ਹਾਂ ਜਿਹੜੇ ਉਹ ਦੇ ਦੇਣ ਤਾਂ ਫਿਰ ਉਹ ਬਲੀਡ ਕਰ ਸਕਦੇ ਆ। ਹਾਂ, ਬੀ ਪੀ ਬਲੀਡ ਹੋ ਸਕਦਾ, ਕਿਉਂਕਿ ਹਾਈ ਬਲੱਡ ਪ੍ਰੈਸ਼ਰ 'ਤੇ ਆਪਾਂ ਨਹੀਂ ਲੈਂਦੇ। ਸਰ, ਖੂਨਦਾਨ ਮਹਾਂਦਾਨ ਹੈ, ਹਰੇਕ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਅਤੇ ਯੂਥ ਲਈ ਹੀ ਕਹਿੰਦਾ ਹੈ ਕਿ ਆਪਣੇ ਸਮਾਜਿਕ ਜਿਹੜੀ ਹੈਗੀ ਉਹ ਆਪਣੇ ਜਿਹੜੇ ਆਪਣੇ ਫਰਜ਼ ਨਿਭਾਉਣ, ਠੀਕ ਹੈ ਨਾ, ਸੁਸਾਇਟੀ ਪ੍ਰਤੀ ਜੋ ਥੋੜ੍ਹੀ ਜ਼ਿੰਮੇਵਾਰੀਆਂ ਉਹਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ। ਹਾਂਜੀ ਸਰ, ਬਹੁਤ ਸਾਰਾ, ਹਰ ਸਾਲ ਇੱਕ ਵਾਰੀ ਗੁਰੂ ਜੀ ਦੇ ਬਰਥਡੇ 'ਤੇ ਅਸੀਂ ਆਉਂਦੇ ਹਾਂ, ਅਤੇ ਮੈਂ ਤਾਂ ਕਹਿੰਦਾ ਵੀ ਹੋਰ ਸਾਲ 'ਚ ਹੋਰ ਇਹੋ ਜਿਹੇ ਇਵੈਂਟਸ ਹੋਣ ਤਾਂ ਕਿ ਆਪਾਂ ਸਮਾਜ ਲਈ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ। ਬਸ ਇਹੀ ਸੇਵਾ ਕਰਕੇ ਆਪਣੇ ਵੱਲੋਂ ਕਿ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਹੈ ਸੇਵਾ, ਜ਼ਰੂਰ ਆਉਣਾ ਚਾਹੀਦਾ। ਹਾਂਜੀ ਹਾਂਜੀ, ਬਸ ਕਿਸੇ ਦੀ ਜ਼ਿੰਦਗੀ ਕਿਸੇ ਦੀ ਕਿਸੇ ਲਈ ਕੰਮ ਆ ਜਾਵੇ, ਇਹੀ ਹੈ ਸਰ, ਕਰਨਾ ਚਾਹੀਦਾ ਜੀ, ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਹਰ ਸਾਲ ਕਰ ਰਹੇ ਹਾਂ ਬਲੱਡ ਡੋਨੇਟ ਕਰਕੇ ਐਂਡ ਸੈਲੀਬ੍ਰੇਸ਼ਨਸ ਕਾ ਪਾਰਟ ਹੋ ਕੇ, ਤਾਂ ਕਿ ਜਿਨਕੋ ਜ਼ਰੂਰਤ ਹੈ ਉਨਕੇ ਕਾਮ ਆ ਸਕੇ। ਸਰ, ਤਿੰਨ ਉਹਨਾਂ ਫੰਡਾਮੈਂਟਲ ਰੂਲ ਦਾ ਗੁਰੂ ਜੀ ਦੇ, ਸਾਧਨਾ ਸੇਵਾ ਸਤਸੰਗ। ਸਾਧਨਾ ਸਵੇਰੇ ਹੋ ਗਈ, ਸੇਵਾ ਚੱਲ ਰਹੀ ਹੈ, ਸਤਸੰਗ ਸ਼ਾਮੀ ਹੈ। ਸਰ, ਇਹ ਤਾਂ ਹਰ ਜਨਤ ਲਈ ਜ਼ਰੂਰੀ ਹੈ ਜੀ, ਕਿਉਂਕਿ ਅੱਜ ਕੱਲ੍ਹ ਕਿੰਨੀ ਡੈਥ ਦੇਖਦੇ ਹਾਂ ਡਿਊ ਟੂ ਬਲੱਡ ਕਰਕੇ, ਮਤਲਬ ਬੱਚਾ ਬਚਦਾ ਨਹੀਂ ਆ, ਕਿਸੇ ਨੂੰ ਉਹ ਨੈਗਟਿਵ ਪੋਜ਼ੀਟਿਵ ਨਹੀਂ ਮਿਲਦਾ, ਤੋ ਇਹ ਕਿ ਉਸ ਪੁਆਇੰਟ ਆਫ ਵਿਊ ਨਾਲ ਮਤਲਬ ਸੇਫਟੀ ਪੁਆਇੰਟ ਆਫ ਵਿਊ ਨਾਲ ਅੱਛੀ ਚੀਜ਼ ਹੈ ਕਿ 18 ਸਾਲ ਤੋਂ ਬਾਅਦ ਹਰ ਯੂਥ ਨੂੰ ਸਾਲ 'ਚ 2 ਵਾਰੀ ਜ਼ਰੂਰ ਦੇਣਾ ਚਾਹੀਦਾ। ਇਸ 'ਚ ਕੋਈ ਆਪਾਂ ਉਹ ਨਹੀਂ ਕਿ ਕਹਿੰਦੇ ਕਿ ਕਮਜ਼ੋਰੀ ਆ ਜੂਗੀ ਜਾਂ ਉਹ ਆ ਜੂਗੀ, ਕੁਛ ਨਹੀਂ ਆਉਣਾ। 18 ਸਾਲ ਤੋਂ ਬਾਅਦ ਹਰ ਯੂਥ ਦਾ ਫਰਜ਼ ਬਣਦਾ ਹੈ ਕਿ ਸਾਲ 'ਚ 2 ਵਾਰੀ ਜਿੱਥੇ ਵੀ ਕੈਂਪ ਲੱਗੇ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਕਈ ਜ਼ਿੰਦਗੀਆਂ ਹਿੰਦੁਸਤਾਨ ਦੀਆਂ ਜਿਹੜੀ ਬਿਨਾਂ ਖੂਨ ਤੋਂ ਪੂਰੀ ਹੋ ਜਾਂਦੀਆਂ, ਐਟਲੀਸਟ ਉਹਦਾ ਸਰਵਾਈ ਕਰਨ। ਅਤੇ ਮੈਂ ਹੋਰਾਂ ਵੀ ਕਹਿੰਦਾ ਕਿ ਜਿੰਨਾ ਤੋਂ ਵੱਧ ਤੋਂ ਵੱਧ ਕੰਟਰੀਬਿਊ ਆਪਣਾ ਘਰ ਪਾਓ ਅਤੇ ਕਰੋ ਗੁਰੂ ਜੀ ਦੀ ਸੇਵਾ ਦੇ ਵਿੱਚ। ਸਰ, ਆਪਣੇ ਇੱਕ ਬੋਤਲ ਨਾਲ ਆਪਾਂ ਨੂੰ ਖੂਨ 'ਚ ਘੱਟ ਨਹੀਂ ਆਉਣਾ ਜੀ, ਕਿਸੇ ਹੋਰ ਦੀ ਲਾਈਫ ਬਚ ਸਕਦੀ ਹੈ ਜਿਹਨੂੰ ਜ਼ਰੂਰੀ ਹੈ ਜੀ। ਯੂਥ ਨੂੰ ਇਹ ਕਹਿੰਦਾ ਕਿ ਵੱਧ ਤੋਂ ਵੱਧ ਆਪਣੇ ਸਾਥ ਦਿਓ, ਸਾਰੇ ਆ ਕੇ ਮਿਲ ਕੇ ਭਰਾ ਜਿੰਨੇ ਵੀ ਆ, ਜਿਹਨਾਂ ਨੂੰ ਲੋੜ ਆ ਉਹਨਾਂ ਦੀ ਲੋੜ ਪੂਰੀ ਹੋਵੇ ਖੂਨ ਦੀ। ਬੇਸਿਕਲੀ ਗੁਰੂ ਜੀ ਦਾ ਬਰਥਡੇ ਤਾਂ ਆਪਾਂ ਹਰ ਸਾਲ ਸੈਲੀਬ੍ਰੇਟ ਕਰਦੇ ਹੀ ਹਾਂ, ਅਤੇ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਡਿਫਰੈਂਟ ਤਰੀਕੇ ਨਾਲ। ਸਟਾਰਟਿੰਗ ਪਹਿਲਾਂ ਮੈਡੀਟੇਸ਼ਨ ਨਾਲ ਕਰਦੇ ਹਾਂ ਅਸੀਂ, ਅਤੇ ਆਫਟਰ ਮੈਡੀਟੇਸ਼ਨ ਸਾਡਾ ਬਲੱਡ ਡੋਨੇਸ਼ਨ ਕੈਂਪ ਰਹਿੰਦਾ, ਅਤੇ ਇਸ ਤੋਂ ਬਾਅਦ ਸਾਡਾ ਈਵਨਿੰਗ ਦਾ ਜੋ ਮੇਨ ਫੰਕਸ਼ਨ ਹੈਗਾ ਉਹ ਬੇਸਿਕਲੀ ਸਤਸੰਗ ਹੈ 7 to 9, ਅਤੇ ਫਿਰ ਉਹਦੇ 'ਤੇ ਇੰਜੋਏ ਕਰਨਾ ਆਪਾਂ। ਭਾਅ ਜੀ, ਬਲੱਡ ਡੋਨੇਟ ਕਰਨਾ ਮੈਂ ਫੀਲ ਕਰਦਾ ਕਿ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ ਲੋਕਾਂ ਲਈ। ਬਹੁਤ ਜਗ੍ਹਾ 'ਤੇ ਹੁੰਦਾ ਕਿ ਲੋਕਾਂ ਨੂੰ ਬਲੱਡ ਮਿਲਦਾ ਹੀ ਨਹੀਂ, ਅਤੇ ਉਹਦੇ ਲਈ ਇਹ ਬਲੱਡ ਡੋਨੇਸ਼ਨ ਇੱਕ ਅਗਰ ਸਾਡੇ ਕੋਲ ਪਿਆ ਬਲੱਡ ਬੈਂਕ 'ਚ ਤਾਂ ਬਹੁਤ ਜ਼ਿਆਦਾ ਹੈਲਪਫੁਲ ਰਹਿੰਦਾ। ਕਈ ਵਾਰੀ ਔਨ ਸਪੋਟ ਨਹੀਂ ਹੁੰਦਾ ਬਲੱਡ ਡੋਨਰ ਅਰੇਂਜ, ਮੈਂ ਆਲਰੇਡੀ ਵੀ ਕਰਦਾ ਡੋਨੇਟ, ਅਤੇ ਬਹੁਤ ਸਾਰੇ ਕੇਸਿਸ ਦੇਖਦੇ ਕਿ ਕਈ ਵਾਰੀ ਡੋਨਰ ਹੀ ਨਹੀਂ ਅਰੇਂਜ ਹੁੰਦਾ, ਜੇ ਡੋਨਰ ਜਾਂਦਾ ਹੁੰਦਾ ਐਮਰਜੈਂਸੀ 'ਚ ਅਤੇ ਉਹਦਾ ਰਿਜੈਕਟ ਹੋ ਜਾਂਦਾ, ਫਿਰ ਉਹ ਦਿੱਕਤ ਬਹੁਤ ਜ਼ਿਆਦਾ ਆਉਂਦੀ ਹੈ। ਬਲੱਡ ਬੈਂਕ 'ਚ ਅਗਰ ਪਿਆ ਹੁੰਦਾ ਤਾਂ ਉਹ ਹੈਲਪ ਈਜ਼ੀਲੀ ਹੋ ਜਾਂਦੀ ਨਾਲ ਹੀ ਸਾਰਿਆਂ ਦੀ। ਯੂਥ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਮੈਡੀਟੇਟ ਕਰੋ, ਅਤੇ ਜਿੰਨੀ ਤੁਸੀਂ ਹੈਲਪ ਕਰ ਸਕਦੇ ਹੋ ਉਨੀ ਕਰੋ।
ਇੱਦਾਂ ਸਾਰੀ ਸੁਸਾਇਟੀ ਬਹੁਤ ਵਧੀਆ ਢੰਗ ਨਾਲ ਮੈਨੇਜਮੈਂਟ ਦੇਖਿਆ ਮੈਂ, ਅੱਛਾ ਇਹਨਾਂ ਨੇ ਸਾਰਾ ਸਿਸਟਮ ਕਰਿਆ ਹੋਇਆ, ਬਾਹਰ ਆਪਣੇ ਖਾਣ ਪੀਣ ਦਾ ਅੰਦਰ ਸਟਾਫ ਹੈ, ਬਹੁਤ ਅੱਛੇ ਢੰਗ ਨਾਲ ਪੇਸ਼ ਆ ਰਹੇ ਸਾਰੇ ਨਾਲ। ਦੇਖੋ ਸੰਗਤ ਕਿਸ ਤਰ੍ਹਾਂ ਪਿਆਰ ਦੇ ਨਾਲ ਪਿਆਈ ਕਰ ਰਹੀ ਹੈ ਸਾਰਾ ਕੁਛ। ਭਾਜੀ ਬਲੱਡ ਕਹਿੰਦਾ ਕਿਸੇ ਨੂੰ ਹਰ ਚੀਜ਼ ਮੁੱਲ ਲੈ ਕੇ ਦਿੱਤੀ ਜਾ ਸਕਦੀ ਹੈ, ਬਲੱਡ ਤਾਂ ਦੂਸਰੇ ਨੂੰ ਆਪਾਂ ਪਿਆਰ ਨਾਲ ਹੀ ਦੇ ਸਕਦੇ ਨਾ। ਪਰਮਾਤਮਾ ਦੀ ਕਿਰਪਾ, ਆਪਣੇ ਅੰਦਰ ਆਪਣੇ ਆਪ ਬਣਦਾ, ਇਹ ਕਿਸੇ ਫੈਕਟਰੀ 'ਚ ਨਹੀਂ ਬਣਦਾ। ਭਾਜੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਆ ਦੋਨੋਂ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਬਲੱਡ ਦਾਨ ਕੀਤਾ ਜਾਵੇ, ਇਹ ਪਰਮਾਤਮਾ ਦੀ ਦੇਣ ਆ, ਇਹ ਤਾਂ ਆਪਣੇ ਵੈਸੇ ਮਹੀਨੇ ਦੇ ਵਿੱਚ ਪੂਰਾ ਹੋ ਜਾਂਦਾ। ਅੱਜ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਜਨਮ ਦਿਹਾੜਾ ਵਾ, ਬਹੁਤ ਹੀ ਪਵਿੱਤਰ ਅਜਿਹਾ ਦਿਹਾੜਾ ਜਿਸ ਵੇਲੇ ਅਸੀਂ ਇੱਥੇ ਜੇ ਹਾਜ਼ਰੀ ਵੀ ਲਵਾਉਂਦੇ ਹਾਂ ਤਾਂ ਮੈਂ ਸਮਝਦਾ ਕਿ ਉਸ ਪਵਿੱਤਰ ਦੇਵਤਾ ਸਰੂਪ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਨੇ ਜੋ ਇੱਕ ਸੰਸਾਰ ਨੂੰ ਵਚਨ ਦਿੱਤਾ ਵਾ, ਸੰਸਾਰ ਨੂੰ ਇੱਕ ਸਿੱਖਿਆ ਵੀ ਦਿੱਤੀ ਹੈ ਕਿ ਸਾਰੇ ਮਿਲ ਕੇ ਰਹੋ, ਸੱਚਾਈ ਦੇ ਰਾਹ 'ਤੇ ਚੱਲੋ ਅਤੇ ਮਨੁੱਖਤਾ ਦੀ ਸੇਵਾ ਕਰੋ। ਮੈਂ ਉਮੀਦ ਕਰਦਾ ਕਿ ਇਹ ਉੱਦਮ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦੇ ਆਸ਼ੀਰਵਾਦ ਅਤੇ ਪਰਮਾਤਮਾ ਦੀ ਮਿਹਰ ਸਦਕਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਅਤੇ ਅਪੀਲ ਕਰਦਾ ਕਿ ਖੂਨਦਾਨ ਇੱਕ ਮਹਾਂਦਾਨ ਹੁੰਦਾ ਵੈ, ਆਓ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ, ਆਪ ਵੀ ਆਓ। ਅਤੇ ਖੂਨ ਉਹ ਚੀਜ਼ ਹੈ ਜਿਹਦੇ ਵਿੱਚ ਕਿਸੇ ਧਰਮ ਦਾ, ਕਿਸੇ ਰੰਗ ਭੇਦ ਦਾ ਭੇਦਭਾਵ ਨਹੀਂ ਹੁੰਦਾ, ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ। ਹੁੰਮ ਹੁਮਾ ਕੇ ਆਓ, ਖੂਨਦਾਨ ਕਰਕੇ ਦਾਨ ਨਾ ਸਮਝੋ, ਆਪਣਾ ਇੱਕ ਫਰਜ਼ ਸਮਝਦੇ ਹੋਏ ਇਸ ਉੱਦਮ ਨੂੰ ਅਸੀਂ ਹੁੰਗਾਰਾ ਦੇਈਏ ਤਾਂ ਕਿ ਮਨੁੱਖਤਾ ਦੀ ਸੇਵਾ ਇਸ ਤਰ੍ਹਾਂ ਚੱਲਦੀ ਰਹੇ। ਬਹੁਤ ਬਹੁਤ ਧੰਨਵਾਦ। ਜਨਮ ਦਿਨ ਹੈ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ, ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਖਿਆਤੀ ਹੈ ਉਹ ਇੱਕ ਸੇਵਾ ਦੀ ਐਕਟੀਵਿਟੀ, ਸੋਸ਼ਲ ਐਕਟੀਵਿਟੀ, ਸਪਿਰਚੁਅਲ ਐਕਟੀਵਿਟੀ ਦੇ ਵਿੱਚ ਉਹਨਾਂ ਦਾ ਦੁਨੀਆ 'ਚ ਨਾਮ ਹੈ। ਸਾਡੀ ਪ੍ਰੈਜੈਂਸ ਤਕਰੀਬਨ 170 ਕੰਟਰੀ ਦੇ ਵਿੱਚ ਲਗਭਗ 8000 ਸ਼ਹਿਰਾਂ ਦੇ ਵਿੱਚ ਹੈਗੀ ਹੈ। ਅੱਜ ਤਿੰਨ ਐਕਟੀਵਿਟੀਜ਼ ਹੋਈਆਂ, ਇੱਕ ਸਾਨੂੰ ਸਾਧਨਾ ਜਿਹੜੀ ਸਿਖਾਈ ਉਹਨਾਂ ਨੇ ਸਵਰਸ਼ਨ ਕ੍ਰਿਆ ਦੇ ਰੂਪ 'ਚ, ਅਸੀਂ ਰਲ ਮਿਲ ਕੇ ਸਾਰਿਆਂ ਨੇ ਕੀਤੀ, ਕਈ ਜਗ੍ਹਾ 'ਤੇ ਹੋਈ, ਦੁਨੀਆ 'ਚ ਕਈ ਜਗ੍ਹਾ 'ਚ ਹੋਈ, ਲੁਧਿਆਣੇ ਵੀ ਹੋਈ, ਫਿਰ ਇੱਥੇ ਬਲੱਡ ਡੋਨੇਸ਼ਨ ਕੈਂਪ ਜਿਹੜਾ 64 ਆਰ ਮਾਲਟੋਨ ਦੇ ਵਿੱਚ 9-4 ਹੋ ਰਿਹਾ, ਜਿਹਦੇ 'ਚ ਸਵੇੱਛਾ ਬਲੱਡ ਡੋਨਰ ਆਪਣੀ ਇੱਛਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਗੁਰੂ ਦੇ ਪ੍ਰਤੀ ਆਉਂਦੇ ਹੈ। ਔਰ ਸ਼ਾਮ ਨੂੰ ਮਹਾਂ ਸਤਸੰਗ ਹੈ ਹਰਸ਼ੀਲਾ ਰਿਜ਼ੋਰਟ 'ਚ, ਜਿਹਦੇ 'ਚ ਵਿਸ਼ਵ ਵਿਖਿਆਤ ਸਿੰਗਰ ਆਪਣਾ ਸਿਧਾਰਥ ਮੋਹਨ ਜੀ ਆ ਰਹੇ ਹੈ, ਉਹਦੇ 'ਚ 2500-3000 ਆਦਮੀ ਦੀ ਗੈਦਰਿੰਗ ਐਕਸਪੈਕਟਿਡ ਹੈ। ਬਲੱਡ ਡੋਨੇਸ਼ਨ ਕੈਂਪ ਅਸੀਂ ਹਰ ਸਾਲ ਲਗਾ ਰਹੇ ਹਾਂ, ਪਿਛਲੇ 16 ਸਾਲ ਤੋਂ ਅਸੀਂ ਇਹਨੂੰ ਕੰਟੀਨਿਊ ਰੱਖਿਆ ਹੋਇਆ। ਬਸ ਇਹੀ ਹੈ ਕਿ ਇਸ ਦੇ ਨਾਲ ਜੁੜ ਕੇ ਅਸੀਂ ਹੋਰ ਵੀ ਸਾਡੇ ਸੇਵਾ ਪ੍ਰੋਜੈਕਟਸ ਹੈ ਜਿਹੜੇ, ਉਹਨਾਂ ਦੇ ਨਾਲ ਮਿਲ ਕੇ ਦਿਵਸ ਨੂੰ ਅਸੀਂ ਮਨਾਉਂਦੇ ਹਾਂ। ਸਵੇਰੇ ਸਾਰੇ ਜਿਤਨੇ ਸਾਡੇ ਆਰਟ ਆਫ ਲਿਵਿੰਗ ਦੇ ਡਿਵੋਟੀ ਆ ਉਹਨਾਂ ਦੀ ਸੁਦਰਸ਼ਨ ਕ੍ਰਿਆ ਦੇ ਨਾਲ ਅਸੀਂ ਉਹਨਾਂ ਨੂੰ ਸਵੇਰੇ ਤਿਆਰ ਕੀਤਾ ਹੈ। ਅਤੇ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਇੱਥੇ, ਅਸੀਂ ਉਮੀਦ ਰੱਖਦੇ ਹਾਂ ਕਿ ਸ਼ਾਮ ਤੱਕ 400-500 ਲੋਕ ਸਾਨੂੰ ਇਸ ਸੇਵਾ ਦੇ ਵਿੱਚ ਆਪਣਾ ਸਹਿਯੋਗ ਦੇਣਗੇ। ਸੋ ਦੋਸਤੋ, ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ, ਉਹ ਜੁੜੇ ਰਹੋ ਲੁਧਿਆਣਾ ਦੇ ਨਾਲ।